ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ, ਸ਼ਹੀਦਾਂ ਨੂੰ ਨਮਨ ਕਰਨ ਦੇ ਲਈ, ਇਸ ਸ਼ਹਾਦਤ ਨੂੰ ਸਿਜਦਾ ਕਰਨ ਦੇ ਲਈ ਦੁਨੀਆ ਭਰ ਦੇ ਵਿੱਚੋਂ ਲੱਖਾਂ ਦੀ ਗਿਣਤੀ 'ਚ ਸੰਗਤ ਪਹੁੰਚ ਰਹੀ ਹੈ। ਪਿੱਛੇ ਤੁਸੀਂ ਜਿੱਥੋਂ ਤੱਕ ਵੀ ਨਜ਼ਰ ਮਾਰੋਗੇ, ਸੜਕ ਦੇ ਦੋਨੇ ਪਾਸੇ ਜਿੰਨੀਆਂ ਵੀ ਰਸਤੇ ਆਉਂਦੇ ਨੇ, ਸਾਰੀਆਂ ਸੜਕਾਂ 'ਤੇ ਤੁਹਾਨੂੰ ਲੱਖਾਂ ਦੀ ਗਿਣਤੀ 'ਚ ਸੰਗਤ ਨਜ਼ਰ ਆਏਗੀ, ਜਿਹੜੀ ਸ਼ਰਧਾ ਭਾਵ ਦੇ ਨਾਲ ਇਸ ਸ਼ਹਾਦਤ ਨੂੰ, ਸਾਹਿਬਜ਼ਾਦਿਆਂ ਨੂੰ ਨਮਨ ਕਰਨ ਦੇ ਲਈ ਆ ਰਹੇ ਨੇ, ਸ਼ਹਾਦਤ ਦੀ ਗਵਾਹ ਇਸ ਧਰਤੀ 'ਤੇ ਸਿਜਦਾ ਕਰਨ ਦੇ ਲਈ ਆ ਰਹੇ ਨੇ। ਤਾਂ ਜੇ ਸੰਗਤ ਇੰਨੀ ਸ਼ਰਧਾ ਦੇ ਨਾਲ ਇੱਥੇ ਪਹੁੰਚ ਰਹੀ ਹੈ, ਤਾਂ ਉਸ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਵੀ ਪੇਸ਼ ਨਾ ਆਵੇ, ਉਸਨੂੰ ਲੰਗਰ ਪਾਣੀ ਦੀ ਸਮੱਸਿਆ ਨਾ ਆਵੇ, ਤਾਂ ਹਰ ਜਗ੍ਹਾ 'ਤੇ ਲੰਗਰ, ਹਰ ਜਗ੍ਹਾ 'ਤੇ ਰਹਿਣ ਦਾ ਪ੍ਰਬੰਧ, ਹਰ ਜਗ੍ਹਾ 'ਤੇ ਵੱਖ ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਤਾਂ ਉਸੇ ਤਰ੍ਹਾਂ ਦਾ ਇੱਕ ਤੁਹਾਨੂੰ ਉਦਾਹਰਣ ਦੇਣ ਦੀ ਕੋਸ਼ਿਸ਼ ਕਰਦਾ ਕਿ ਇੱਥੇ ਗੁਰੂ ਕਾ ਲੰਗਰ ਲੱਗਿਆ ਹੈ ਜੀ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ। ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਲੱਸੀ ਅਤੇ ਮੱਖਣ, ਇਹ ਖੁੱਡੀ ਕਲਾਂ ਪਿੰਡ ਬਰਨਾਲੇ ਤੋਂ ਸੰਗਤ ਆਈ ਹੈ। ਤਾਂ ਇਹ ਦਿਖਾਉਣ ਦਾ ਮਕਸਦ ਕੀ ਹੈ ਉਹ ਵੀ ਤੁਹਾਨੂੰ ਦੱਸਦਾ ਕਿ ਲੰਗਰ ਬੇਸ਼ੱਕ ਪੰਜਾਬੀਆਂ ਦੀ ਇੱਕ ਪ੍ਰਥਾ, ਬਾਬੇ ਨਾਨਕ ਦਾ ਚਲਾਇਆ ਹੋਇਆ ਲੰਗਰ, ਉਹ 20 ਰੁਪਈਆਂ ਦਾ ਲੰਗਰ ਸੈਂਕੜੇ ਸਾਲ ਤੋਂ ਉਸੇ ਤਰ੍ਹਾਂ ਅੱਜ ਵੀ ਚੱਲਦਾ ਆ ਰਿਹਾ, ਪਰ ਇਸ ਲੰਗਰ ਨੂੰ ਦਿਖਾਉਣ ਦੀ, ਤੁਹਾਨੂੰ ਸ਼ਰਧਾ ਭਾਵ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਕਿੰਨੀ ਸ਼ਰਧਾ ਅਤੇ ਸੱਚੇ ਮਨੋਂ ਸੇਵਾ ਕੀਤੀ ਜਾਂਦੀ ਹੈ। ਤੁਸੀਂ ਪਹਿਲਾਂ ਇਸ ਦਰਵਾਜ਼ੇ ਤੋਂ ਜਦੋਂ ਅੰਦਰ ਵੜਦੇ ਆ, ਇੱਧਰ ਨਜ਼ਰ ਮਾਰੋ, ਇੱਧਰ ਪਹਿਲਾਂ ਹੱਥ ਧੁਆਏ ਜਾਂਦੇ ਆ, ਹੱਥ ਵੀ ਠੰਡੇ ਪਾਣੀ ਨਾਲ ਨਹੀਂ, ਗਰਮ ਗਰਮ ਪਾਣੀ ਹੈ, ਆਹ ਦੇਖੋ ਗਰਮ ਪਾਣੀ ਹੈ, ਧੂੰਆਂ ਨਿਕਲਦਾ, ਤਾਂ ਕਿ ਜਿਹੜੀ ਸੰਗਤ ਬਾਹਰੋਂ ਆਈ ਹੈ ਉਹਦਾ ਕੋਸੇ ਪਾਣੀ ਦੇ ਨਾਲ ਪਹਿਲਾਂ ਹੱਥ ਧੁਆਏ ਜਾਣ, ਕਿਉਂਕਿ ਸੁੱਚਮ ਸਾਡੇ ਧਰਮ ਦੇ ਵਿੱਚ ਸਾਨੂੰ ਹੁਕਮ ਹੈ ਕਿ ਹਮੇਸ਼ਾ ਸਾਫ਼ ਸੁਥਰੇ ਰਹਿਣਾ, ਸੁੱਚਮ ਰੱਖਣੀ ਹੈ। ਉਸ ਤੋਂ ਅੱਗੇ ਆ ਜਾਓ, ਸੰਗਤ ਤੁਸੀਂ ਦੇਖ ਰਹੇ ਹੋ, ਫਿਰ ਅੱਗੇ ਜਾ ਕੇ ਤੁਹਾਨੂੰ ਬਾਟੀਆਂ ਅਤੇ ਚਮਚੇ ਵਿੱਚ ਰੱਖੇ ਹੋਏ, ਬਾਟੀਆਂ ਵੀ ਦੋ, ਇਹ ਦੋ ਕਿਉਂ ਆ ਇਹ ਵੀ ਤੁਹਾਨੂੰ ਦੱਸੂੰਗਾ, ਦੋ ਬਾਟੀਆਂ ਵਿੱਚ ਚਮਚਾ ਰੱਖਿਆ ਗਿਆ, ਔਰ ਸਾਰੀ ਸੰਗਤ ਦੀ ਬੇਹੱਦ ਆਦਰ ਸਤਿਕਾਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਹੁਣ ਅੱਗੇ ਤੁਹਾਨੂੰ ਲੈ ਕੇ ਚੱਲਦਾ, ਹੁਣ ਅੱਗੇ ਤੁਸੀਂ ਦੇਖੋਗੇ ਤਾਂ ਦੋ ਬਾਟੀਆਂ ਦਾ ਭਾਵ ਵੀ ਤੁਹਾਨੂੰ ਦੱਸਦਾ। ਦੇਖੋ ਮੱਖਣ ਵਾਲੀ ਬਾਲਟੀ ਹੈ, ਅਸੀਂ ਕਿਉਂਕਿ ਹਾਲਾਂਕਿ ਪਕਵਾਨ ਵਗੈਰਾ, ਕਿਉਂਕਿ ਸਾਫ਼ ਤੌਰ 'ਤੇ ਕਿਹਾ ਗਿਆ ਕਿ ਪਕਵਾਨ ਨਹੀਂ, ਸੇਵਾ ਕਰਨੀ ਹੈ, ਤਾਂ ਇਹ ਸਾਡੇ ਪੰਜਾਬ ਦਾ ਸਧਾਰਨ ਰੋਟੀ ਪਾਣੀ ਹੈ, ਸਧਾਰਨ ਲੰਗਰ ਹੈ ਕਿ ਮੱਖਣ ਸਾਡੇ ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ ਹਰ ਘਰ 'ਚ ਛਕਾਇਆ ਜਾਂਦਾ, ਮੱਖਣ ਰੱਖਿਆ ਗਿਆ, ਲੱਸੀ ਵਾਲੀਆਂ ਕੈਟਲ ਤੁਸੀਂ ਦੇਖ ਰਹੇ ਹੋ, ਅੱਗੇ ਆਹ ਸਾਗ ਵਾ ਲੈ ਕੇ ਵੀਰ ਸੇਵਾ ਕਰ ਰਿਹਾ, ਤਾਂ ਦੋ ਬਾਟੀਆਂ ਇਸ ਲਈ, ਇੱਕ ਬਾਟੀ 'ਚ ਇਹ ਸਾਗ ਪਾ ਰਹੇ ਨੇ, ਦੂਜੀ ਬਾਟੀ ਦੇ ਵਿੱਚ ਲੱਸੀ ਵਰਤਾ ਰਹੇ ਨੇ, ਅਤੇ ਨਾਲ ਪ੍ਰਸ਼ਾਦੇ, ਮੱਕੀ ਦੇ ਪ੍ਰਸ਼ਾਦੇ ਛਕਾਏ ਜਾ ਰਹੇ ਨੇ। ਇਹ ਤੁਹਾਨੂੰ ਸੇਵਾ ਦਿਖਾਉਣੀ ਹੈ ਕਿ ਕਿੰਨੇ ਸ਼ਰਧਾ ਭਾਵ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ, ਸੰਗਤ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ, ਸੰਗਤ ਜਿਹੜੀ ਇੱਥੇ ਆਉਂਦੀ ਹੈ, ਆਹ ਦੇਖੋ ਮੱਕੀ ਦੇ ਪ੍ਰਸ਼ਾਦੇ ਅਤੇ ਗਰਮ ਗਰਮ, ਮੈਂ ਖੁਦ ਵੀ ਛਕਿਆ ਥੋੜ੍ਹੀ ਦੇਰ ਪਹਿਲਾਂ, ਗਰਮ ਤੁਹਾਨੂੰ ਪ੍ਰਸ਼ਾਦਾ ਮਿਲੂਗਾ, ਲੱਸੀ ਇਹਦੇ ਵਿੱਚ ਤੁਹਾਨੂੰ ਜੀਰਾ, ਅਜਵੈਣ, ਲੂਣ ਮਿਰਚ, ਕਾਲਾ ਲੂਣ ਤੱਕ ਪਾਇਆ ਹੋਇਆ ਅਚਾਰ, ਆਹ ਵੀਰ ਅਚਾਰ ਦੀ ਸੇਵਾ, ਸਫਾਈ ਸੁੱਚਮ ਦੇਖੋ ਤੁਸੀਂ। ਤਾਂ ਇਹ ਜਿਹੜੀ ਸੰਗਤ ਇੱਥੇ ਸ਼ਰਧਾ ਭਾਵ ਦੇ ਨਾਲ ਦਰਸ਼ਨ ਦਿਦਾਰੇ ਕਰਨ ਦੇ ਲਈ ਆ ਰਹੀ ਹੈ, ਤਾਂ ਉਸ ਦਰਸ਼ਨ ਕਰਨ ਆਈ ਸੰਗਤ ਦੀ ਸੇਵਾ ਕਰਨ ਦੇ ਲਈ ਇਹ ਪ੍ਰਬੰਧ ਕੀਤੇ ਗਏ ਨੇ, ਜਗ੍ਹਾ ਜਗ੍ਹਾ 'ਤੇ ਇਹ ਪ੍ਰਬੰਧ ਕੀਤੇ ਗਏ ਨੇ। ਪਰ ਇਹ ਤੁਹਾਨੂੰ ਮਹਿਜ਼ ਇੱਕ ਉਦਾਹਰਣ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸੰਗਤ 'ਚ ਸੇਵਾ ਭਾਵ ਦੇਖੋ। ਅੱਗੇ ਆ ਜਾਓ ਸੁਦੀਪ, ਕਿ ਸੇਵਾ ਭਾਵ ਦੇਖੋ, ਇਹ ਨਹੀਂ ਕਿ ਲੰਗਰ ਲਾਤਾ ਅਤੇ ਫੋਟੋਆਂ ਖਿਚਾਲੀਆਂ ਅਤੇ ਗੱਲ ਲਿਪੜੀ, ਨਹੀਂ, ਤੁਸੀਂ ਸੇਵਾ ਭਾਵ ਦੇਖੋ, ਪਹਿਲਾਂ ਗਰਮ ਪਾਣੀ ਨਾਲ ਹੱਥ ਧੁਆਏ ਜਾਂਦੇ ਆ,
ਤਾਂ ਕਿ ਸੰਗਤ ਦੇ ਹੱਥ ਵੀ ਨਾ ਠਰਨ। ਉਸ ਤੋਂ ਬਾਅਦ ਇੱਥੇ ਦੇਖੋ ਮੱਖਣ ਤੱਕ ਪਾਇਆ ਜਾਂਦਾ ਸਾਗ ਦੇ ਵਿੱਚ, ਤਾਂ ਕਿ ਸੰਗਤ ਦੀ ਰੂਹ ਖੁਸ਼ ਹੋਵੇ। ਉਸ ਤੋਂ ਬਾਅਦ ਬਰਤਨ, ਜੂਠੇ ਬਰਤਨ ਇੱਕ ਜਗ੍ਹਾ 'ਤੇ ਬੜੇ ਸਾਫ ਸਫਾਈ ਦੇ ਨਾਲ ਰੱਖ। ਉਸ ਹੁਣ ਤੁਹਾਨੂੰ ਅਖੀਰਲੀ ਤਸਵੀਰ ਦਿਖਾਉਣਾ ਮੈਂ। ਇੱਧਰ ਤੁਸੀਂ ਪ੍ਰਸ਼ਾਦਾ ਛਕ ਲਿਆ, ਪੰਜਾਬ ਦਾ ਇਹ ਕਲਚਰ ਹੈ ਕਿ ਤੁਸੀਂ ਪ੍ਰਸ਼ਾਦੇ ਤੋਂ ਬਾਅਦ ਗੁੜ ਖਾਂਦੇ ਆ, ਤਾਂ ਕਿ ਉਹ ਤੁਹਾਡੇ ਪ੍ਰਸ਼ਾਦਾ ਪਾਣੀ ਹਜ਼ਮ ਹੋ ਜਾਵੇ। ਤਾਂ ਦੇਖੋ ਗੁੜ ਦੀ ਸੇਵਾ ਵੀ ਕੀਤੀ ਜਾ ਰਹੀ ਹੈ, ਐਸਾ ਨਹੀਂ ਕਿ ਇੱਥੇ ਟੈਂਟ ਲਾ ਲਿਆ ਅਤੇ ਹਾਜ਼ਰੀ ਲੱਗ ਗਈ, ਨਹੀਂ, ਇਹਨੂੰ ਸੇਵਾ ਭਾਵ ਕਹਿੰਦੇ ਆ। ਆਹ ਸ਼ੱਕਰ ਰੱਖੀ ਹੈ ਜੀ, ਸ਼ੱਕਰ ਵੀ ਨਾਲ ਰੱਖੀ ਆ, ਆਹ ਗੁੜ ਰੱਖਿਆ, ਤਾਂ ਕਿ ਸੰਗਤ ਆ ਜਿਹੜੀ ਉਹ ਇੱਥੇ ਪ੍ਰਸ਼ਾਦਾ ਪਾਣੀ ਛਕ ਸਕੇ। ਅਤੇ ਉਸ ਤੋਂ ਬਾਅਦ ਇੱਧਰ ਸੇਵਾ ਵੀ ਜੇ ਕੋਈ ਪੌੜੀ ਚਾਹੁੰਦਾ ਉਹ ਵੀ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਜਦੋਂ ਆਪਾਂ ਕਿਤੇ ਪ੍ਰਸ਼ਾਦਾ ਛਕਦੇ ਹਾਂ, ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੇ ਹਾਂ, ਤਾਂ ਮੈਨੂੰ ਜਿੰਨਾ ਕੁ ਮੇਰੇ ਵੱਡਿਆਂ ਨੇ, ਮੇਰੇ ਪਿਤਾ ਨੇ ਜਾਂ ਮੇਰੇ ਪਰਿਵਾਰ ਨੇ ਜਿੰਨਾ ਕੁ ਮੈਨੂੰ ਸਿਖਾਇਆ ਕਿ ਲੰਗਰ ਦੇ ਪ੍ਰਸ਼ਾਦੇ 'ਚ, ਪ੍ਰਸ਼ਾਦਾ ਲੰਗਰ 'ਚ ਛਕੋ, ਪਰ ਸੇਵਾ ਜ਼ਰੂਰ ਉੱਥੇ ਪਾਓ, ਤਾਂ ਕਿ ਦਸਵੰਧ ਜਿਹੜਾ ਤੁਸੀਂ ਕੱਢ ਸਕੋ, ਤਾਂ ਕਿ ਤੁਸੀਂ ਛਕ ਲਿਆ, ਹੁਣ ਉਹਦੇ ਉਸ ਦਸਵੰਧ ਦੇ ਨਾਲ ਹੋਰ ਵੀ ਭੈਣ ਭਰਾ, ਹੋਰ ਵੀ ਲੋੜਵੰਦ ਆ ਜਿਹੜੇ, ਉਹ ਲੰਗਰ ਛਕ ਸਕਣ। ਤਾਂ ਇਹ ਸੇਵਾ ਭਾਵ ਬਾਬੇ ਨਾਨਕ ਦਾ ਬਖਸ਼ਿਆ ਹੋਇਆ ਗੁਰੂ ਕਾ ਲੰਗਰ ਅਟੁੱਟ ਵਰਤ ਰਿਹਾ, ਜਗ੍ਹਾ ਜਗ੍ਹਾ 'ਤੇ ਇਸੇ ਤਰ੍ਹਾਂ ਦੇ ਲੰਗਰ ਚੱਲ ਰਹੇ ਨੇ, ਕਿਉਂਕਿ ਲੱਖਾਂ ਦੀ ਗਿਣਤੀ ਸੰਗਤ ਆਈ ਆ ਦੁਨੀਆ ਭਰ ਦੇ ਵਿੱਚੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।